मानसा के गांव दुल्लोवाल में लोगों ने पानी की समस्या को लेकर धरना प्रदर्शन करते हुए रोष जाहिर किया। इस मौके प्रदर्शनकारियों का कहना रहा कि इस भयानक गर्मी में गाँव वासियों को पीने तक का पानी नसीब नहीं हो रहा और हम पिछले कई महीनों से अधिकारियों के कार्यालय में पानी की समस्या को लेकर शिकायत करते रहे हैं, पर उनके द्वारा अभी तक कोई कार्रवाई नहीं की गई है। साथ ही उन्होंने चेतावनी देते हुए कहा कि अगर पानी की समस्या का समाधान नहीं किया गया तो वह उच्च अधिकारियों के कार्यालयों का भी घेराव करेंगे। इस मौके उन्होंने और क्या कुछ कहा, आप भी सुनिए। ਇਹਦੇ ਵਿੱਚ ਇਹ ਹੈ ਜੀ, ਸਾਨੂੰ ਪਾਣੀ ਦੀ ਸਪਲਾਈ ਹੈ ਵਾਟਰ ਵਰਕਸ ਦੁੱਲੂਵਾਲ ਨੂੰ, ਉਹਦੀ ਪਾਣੀ ਦੀ ਸਪਲਾਈ ਨਹਿਰੀ ਵਾਟਰ ਵਰਕਸ ਦੀ ਜਿਹੜੀ ਪਾਣੀ ਦੀ ਸਪਲਾਈ ਹੈ ਨੰਗਲ ਖੁਰਦ ਤੋਂ ਆ ਰਹੀ ਹੈ। ਜਿਹੜੀ ਕਿ ਉੱਥੇ ਪਾਣੀ ਦੇਣ ਵਾਲੀ ਮੋਟਰ ਹੈ ਉਹ ਸਿੰਗਲ ਫੇਸ ਦੀ ਹੈ, ਤਿੰਨ ਦੀ ਸਿੰਗਲ ਫੇਸ ਦੀ ਮੋਟਰ ਹੈ ਜਿਹੜੀ ਕਿ ਪਾਣੀ ਪੂਰਾ ਨਹੀਂ ਕਰ ਰਹੀ ਸੀ। ਤਾਂ ਮਗਰਲੀ ਪੰਚਾਇਤ ਸੀ ਜਿਹੜੀ ਗੁਰਚਰਨ ਸਿੰਘ ਦੇ ਵੇਲੇ, ਉਹਨਾਂ ਨੇ ਇੱਕ ਫੈਸਲਾ ਕਰ ਲਿਆ ਸੀ ਵੀ ਆਪਾਂ ਉੱਥੇ ਪਾਣੀ ਚੰਗਾ ਇੱਕ ਮੋਟਰ ਲਵਾਈ ਜਾਵੇ। ਆ ਕੇ ਪਿੰਡ ਵਾਲਿਆਂ ਨੇ ਘਰ ਘਰ ਮਗਰ ਪੈਸੇ ਪਾ ਕੇ ਉੱਥੇ ਇੱਕ ਮੋਟਰ ਲਾਤੀ ਤਾਂ ਪਾਣੀ ਪੂਰਾ ਹੋ ਸਕੇ ਜੀ। ਪਰ ਪਾਣੀ ਉਹਦੇ ਨਾਲ ਪੂਰਾ ਵੀ ਹੋ ਰਿਹਾ ਸੀ, ਪਰ ਹੁਣ ਜਦੋਂ ਨਹਿਰੀ ਪਾਣੀ ਆ ਰਿਹਾ ਸਾਨੂੰ ਉੱਥੇ ਉਹ ਪਾਣੀ ਜਿਹੜਾ ਪੂਰੀ ਮਾਤਰਾ 'ਚ ਨਹੀਂ ਮਿਲ ਰਿਹਾ। ਕਹਿਣ ਦਾ ਭਾਵ ਇਹ ਹੈ ਕਿ ਉੱਥੇ ਮੋਟਰ ਹੈ ਜਿਹੜੀ ਸਿੰਗਲ ਫੇਸ ਹੈ, ਮੋਟਰ ਨੂੰ ਵੱਡਾ ਕਰਿਆ ਜਾਵੇ ਤਾਂ ਪਾਣੀ ਦਾ ਮਸਲਾ ਜਾ ਕੇ ਹੱਲ ਹੋਊਗਾ ਜੀ। ਅਤੇ ਹੁਣ ਜਿਹੜਾ ਪਿੰਡ ਨੂੰ ਸਪਲਾਈ ਦੇ ਰਹੇ ਹੋ ਤੁਸੀਂ ਪਾਣੀ ਦੀ, ਕਿਹੜਾ ਪਾਣੀ ਦੇ ਰਹੇ ਹੋ, ਨਹਿਰੀ ਜਾਂ ਮੋਟਰ ਦਾ? ਮੋਟਰ ਦਾ ਅਤੇ ਨਹਿਰੀ ਪਾਣੀ ਦੋਨੇ ਮਿਕਸ ਕਰਕੇ ਦੇ ਰਹੇ ਹਾਂ। ਤਾਂ ਇਸ ਮਸਲੇ 'ਤੇ ਲਾਇਆ ਜੀ, ਦੋ ਵਾਰੀ ਕੈਂਪ ਲੱਗ ਚੁੱਕਾ ਸਾਡੇ ਪਿੰਡ ਦੇ ਵਿੱਚ। ਅਸੀਂ ਮਾਨਸਾ ਵੀ ਕੈਂਪ ਲਾਇਆ ਸੀ ਰਾਮਗੜੀਆ ਕਲੱਬ ਵੱਲੋਂ। ਜਦੋਂ ਅਸੀਂ ਕੈਂਪ ਲਾਇਆ ਸਾਡੇ ਪਿੰਡ ਦੇ ਪੰਜ ਬੰਦੇ ਨੇ ਖੂਨ ਦਿੱਤਾ ਸੀ, ਜਿਹਦੇ 'ਚੋਂ ਇੱਕ ਬੰਦੇ ਦਾ ਖੂਨ ਰੱਖਿਆ। ਪੰਜ ਚਾਰ ਬੰਦਿਆਂ ਦਾ ਖੂਨ ਆਇਆ, ਉਹਦੇ 'ਚ ਆਇਆ ਕਾਲਾ ਪੀਲੀਆ। ਸਾਡਾ ਖੂਨ ਵੀ ਨਹੀਂ ਕੋਈ ਲੈ ਰਿਹਾ, ਪਾਣੀ ਦਾ ਦੁੱਧ ਦਾ ਕਿੱਥੋਂ ਲੈਣਗੇ? ਸਮੱਸਿਆ ਬਈ, ਸਾਨੂੰ ਪਾਣੀ ਆ ਜਿਹੜਾ ਉਹ ਖਾਰਾ ਮਿਲ ਰਿਹਾ ਬਿਲਕੁਲ। ਬਹੁਤ ਪਰੇਸ਼ਾਨੀ ਆ ਸਾਨੂੰ, ਸਾਰੇ ਪਿੰਡ 'ਚ ਬਿਮਾਰੀਆਂ ਫੈਲੀਆਂ ਪਈਆਂ ਨੇ। ਕਿਸੇ ਨੂੰ ਕਾਲਾ ਪੀਲੀਆ ਹੋ ਰਿਹਾ, ਕਿਸੇ ਨੂੰ ਹੈਪੇਟਾਈਟਸ ਸੀ ਹੋ ਰਿਹਾ। ਇਹ ਤਾਂ ਬਹੁਤ ਤੰਗ ਆ ਸਾਡਾ ਪਿੰਡ, ਪਾਣੀ ਜਮ੍ਹਾਂ ਖਾਰਾ ਆਉਂਦਾ ਜੀ, ਭੋਰਾ ਵੀ ਸਹੀ ਪਾਣੀ ਨਹੀਂ ਹੈਗਾ। ਨਹਿਰੀ ਪਾਣੀ ਤਾਂ ਇੱਕ ਦਿਨ ਵੀ ਨਹੀਂ ਆਇਆ, ਦੇਖਿਆ ਵੀ ਨਹੀਂ ਅਸੀਂ ਕਿਹੋ ਜਿਹਾ ਹੁੰਦਾ। ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ? ਮੰਗ ਕਰਦੇ ਹਾਂ ਵੀ ਸਾਡੇ ਪਿੰਡ ਦੀ ਸਮੱਸਿਆ ਸੁਣੀ ਜਾਵੇ, ਸਾਡੀ ਬਹੁਤ ਔਖਾ ਜੀ ਸਾਡਾ। ਕਾਰਨ ਸਮੱਸਿਆ ਦਾ ਜੀ, ਪਿੰਡ ਦੀ ਸਮੱਸਿਆ ਇਹ ਹੈਗੀ, ਇੱਕ ਤਾਂ ਨਹਿਰੀ ਪਾਣੀ ਨਹੀਂ ਆਉਂਦਾ ਸਾਡੇ, ਸਾਡੇ ਖਾਰਾ ਪਾਣੀ ਆਉਂਦਾ ਉੱਥੋਂ। ਪਹਿਲਾਂ ਇਹ ਜਿਹੜਾ ਬਾਰਡਰ ਬਾਕਸ ਇਹ ਚਾਰ ਪੰਜ ਪਿੰਡਾਂ ਦਾ ਸੀਗਾ, ਘਰਾਂਗਣੇ ਬਾਰਡਰ ਬਾਕਸ ਅੱਡ ਲੱਗ ਗਿਆ, ਨੰਗਲ ਅੱਡ ਲੱਗ ਗਿਆ। ਸਾਡਾ ਛੋਟੇ ਨੰਗਲ ਖੁਰਦ ਦਾ ਅਤੇ ਦੂਲੋਵਾਲ ਦੀ ਬਾਰਡਰ ਬਾਕਸ ਹੈ, ਨੰਗਲ ਖੁਰਦ ਨੂੰ ਪਾਣੀ ਨਹਿਰੀ ਜਾਂਦਾ, ਸਾਡੇ ਦੂਲੋਵਾਲ ਨੂੰ ਖਾਰਾ ਪਾਣੀ ਆਉਂਦਾ। ਇਸ ਲਈ ਸਾਰਾ ਪਿੰਡ ਪਰੇਸ਼ਾਨ ਹੈ, ਬਿੱਲ ਅਸੀਂ ਭਰਦੇ ਹਾਂ। ਅਤੇ ਜਿਹੜਾ ਮਗਰਲਾ ਬਿੱਲ ਵੀ ਸੀਗਾ 20-20 ਹਜ਼ਾਰ ਲੋਕਾਂ ਦਾ, ਉਹ 2-2 ਹਜ਼ਾਰ ਰੁਪਇਆ ਲੈ ਕੇ ਗੌਰਮੈਂਟ ਨੇ ਉਹ ਰਿਫੰਡ ਕਰਤੇ। ਅਸੀਂ ਜਿਹੜੇ ਜ਼ਿਮੀਂਦਾਰ ਭਰਾ ਜਾਂ ਜੋ ਵੀ ਗਰੀਬ ਹੈ, ਹਰੇਕ ਬਿੱਲ ਭਰ ਰਿਹਾ ਹੈ। ਆ ਬਿੱਲਾਂ ਦਾ ਹੁਣ ਮੁਲਾਜ਼ਮਾਂ ਕੋਲ ਥੱਬਾ ਹੈ, ਸਾਨੂੰ ਬਿੱਲ ਆਏ ਪਏ ਹੈ, ਅਸੀਂ ਬਿੱਲ ਦੇਖੋ ਖਾਰੇ ਪਾਣੀ ਦਾ ਕਿਵੇਂ ਭਰਾਂਗੇ? ਸਾਨੂੰ ਨਹਿਰੀ ਪਾਣੀ ਮਿਲਣਾ ਚਾਹੀਦਾ, ਸਾਡਾ ਹੱਕ ਬਣਦਾ। ਦੋ ਪਿੰਡਾਂ ਨੂੰ ਪਾਣੀ ਨਹੀਂ ਪੂਰਾ ਹੋ ਰਿਹਾ, ਪਹਿਲਾਂ 5 ਪਿੰਡਾਂ ਨੂੰ ਪਾਣੀ ਪੂਰਾ ਹੁੰਦਾ ਸੀਗਾ, ਹੁਣ 2 ਪਿੰਡਾਂ ਨੂੰ ਕਿਉਂ ਨਹੀਂ ਹੋ ਰਿਹਾ? ਹੁਣ ਇਹ ਮਹਿਕਮੇ ਵਾਲੇ ਕਹਿੰਦੇ ਆ ਵੀ 1000-1000 ਰੁਪਇਆ ਇਕੱਠਾ ਪਾਓ ਅਤੇ ਦੁਬਾਰੇ ਵੱਡੀ ਮੋਟਰ ਕਰਾ। ਅਸੀਂ 1000-1000 ਰੁਪਇਆ ਕਿੱਥੋਂ ਦੇਵਾਂਗੇ? ਨਰਮੇ ਵਾਲਾ ਬੈਲਟ ਵਾਲਾ ਏਰੀਆ ਸਾਡਾ, ਸਾਡੇ ਫਸਲ ਨਹੀਂ ਹੁੰਦੀ, ਬੁਰਾ ਹਾਲ ਹੈ ਸਾਡੇ ਏਰੀਆ ਦਾ। ਨਰਮੇ ਕਰੰਟ ਹੋ ਗਏ, ਕੀ ਕਰਿਆ ਜਾਵੇ? ਜ਼ਿਮੀਂਦਾਰ ਕਿੱਧਰ ਜਾਵੇ? ਸਾਡੇ ਪਸ਼ੂ ਨਹੀਂ ਪਾਣੀ ਪੀਂਦੇ, ਥੱਲਾ ਜ਼ਹਿਰ ਵਰਗਾ ਪਾਣੀ ਹੈਗਾ ਸਾਡਾ। ਸਾਡੇ ਕਾਲਾ ਪੀਲੀਆ, ਸਾਡੇ 4 ਕੈਂਸਰ ਦੀਆਂ ਮੌਤਾਂ ਹੋ ਗਈਆਂ ਸਾਡੇ ਪਿੰਡ 'ਚ। ਸਾਡੇ ਪਿੰਡ ਦਾ ਬੁਰਾ ਹਾਲ ਹੈ, ਭੱਠਾ ਬਹਿ ਗਿਆ ਸਰਕਾਰਾਂ ਦਾ। ਲੀਡਰ ਇੱਥੇ ਲੋਲੀਪੋਪ ਦੇ ਜਾਂਦੇ ਨੇ ਆ ਕੇ, ਸਾਨੂੰ ਆਹ ਕਰ ਦੇਂਗੇ ਆਹ ਕਰ ਦੇਂਗੇ, ਵੋਟਾਂ ਪਾਈ ਜਾਂਦੇ, ਸਾਨੂੰ ਪਸ਼ੂ ਬਣਾ ਰੱਖਿਆ ਇਹਨਾਂ ਨੇ। ਮਾਨਸਾ ਤੋਂ ਭੁਪਿੰਦਰ ਸਿੰਘ ਦੀ ਰਿਪੋਰਟ, ਸਿਟੀ ਹੋਮ ਨਿਊਜ਼।